कोई फड़े भी गए मुंडे इतो दो बंदे फड़े गए किन्ने फायर किए उन्हें बंदे तीन फायर मौके बंदे फड़े गए मौके दो भाई बंदे है कौन सी कोई पता लगे पता कौन सी के भाई यही काम है यार ये नहीं पता केड़ी गल तो इतना खड़े सी थे किन्नियां गोलियां चलियां किन्नियां गोलियां बस दो सुनियां तो दो गोलियां सुनियां ने बंदे ए थोड़ी पता यार नहीं भाई जख्मी किन्ने होए जख्मी किन्ने होए जख्मी एक कहंदे आ एक जख्मी होया मुलाजम सी लैके पेश करता चलो यार चलिए पवित्री भुगती है अमन कपूर की मामला सी की होया थे पता नहीं यार रन बचाते आए सी के गोली गोली चली इत्ते किन्ने फायर किन्नी फायर होई तीन फायर सुनया एक जख्मी है बाकी कहंदे दो पेश करते फड़े भी गए मुंडे हां दो फड़े गए दो मुंडे फड़े गए दो बंदे फड़े गए कि किन्ने किन्ने फायर कीते उन्हें बंदे तीन आपां दा तीन सुनया तीन बस दो सुनिया दो गोलियां सुनिया ने बंदे थोड़ी पता यार नहीं भाई जख्मी किन्ने होए जख्मी किन्ने होए एक जख्मी होया चलो यार चलिए पवित्री सर की गलबात की हुई है जी मोटरसाइकिल परे करने बाहर आया पता नहीं भाजी तो अंतर बंदा उस परे चले गए होया की गल की है बस की है किन्ने कोल मिले जी दो मिले
ਕਿੰਨੇ ਚਲਾਈ ਹੈ? ਕਿੰਨੇ ਕਿੰਨੇ ਨੇ ਜੀ? ਕਿੰਨੇ ਹੋ ਗਏ ਜੀ? ਹਾਲੇ ਤੱਕ ਜਿਹੜੀ ਗੱਲ ਸਾਹਮਣੇ ਆਈ ਹੈ ਦੋ ਤੋਂ ਤਿੰਨ ਫਾਇਰ ਹੋਏ ਨੇ, ਬਾਕੀ ਹਾਲੇ ਤਸਦੀਕ ਆਪਾਂ ਕਰ ਰਹੇ ਨੇ। ਤਸਦੀਕ ਕਰਨਾ ਹਾਲੇ ਬਾਕੀ, ਇੱਦਾਂ ਦੀ ਹਾਲੇ ਤੱਕ ਕੋਈ ਵੀ ਗੱਲ ਸਾਹਮਣੇ ਨਹੀਂ। ਕਿੰਨੇ ਲੋਕ ਜਿਹੜੇ ਜ਼ਖਮੀ ਹੋਏ ਸਰ? ਫਿਲਹਾਲ ਜਿਹੜੀ ਗੱਲ ਸਾਹਮਣੇ ਆਈ ਹੈ ਸਾਡੇ ਕੋਲ ਦੋ ਬੰਦਿਆਂ ਦਾ ਸਾਹਮਣੇ ਆਇਆ ਜ਼ਖਮੀ ਹੋਣ ਦਾ। ਹਾਲੇ ਅੱਗੇ ਜਿੱਦਾਂ ਵੀ ਗੱਲ ਆਏਗੀ ਆਪਾਂ ਤਸਦੀਕ ਕਰ ਰਹੇ ਨੇ, ਤੁਹਾਨੂੰ ਹੁਣੇ ਦੀ ਗੱਲ ਹੈਗੀ ਆਪਾਂ ਤਸਦੀਕ ਕਰਕੇ ਦੱਸ ਦਿੰਦੇ ਹਾਂ। ਕੋਈ ਬੰਦਾ ਹਿਰਾਸਤ 'ਚ ਲਿਆ ਗਿਆ ਕਿ ਨਹੀਂ ਲਿਆ ਗਿਆ ਸਰ? ਦੋ ਬੰਦੇ ਅਸੀਂ ਫੜੇ ਹੋਏ ਨੇ, ਉਹਨਾਂ ਦੀ ਅਸੀਂ ਪੁੱਛਗਿੱਛ ਕਰ ਰਹੇ ਹਾਂ। ਦੋ ਬੰਦੇ ਫੜੇ ਗਏ ਨੇ, ਪੁੱਛਗਿੱਛ ਕਰ ਰਹੇ ਹਾਂ। ਕ੍ਰੋਸ ਫਾਇਰਿੰਗ ਹੈ ਸਰ ਆਪਸ ਵਿੱਚ? ਹਾਂਜੀ ਹਾਂਜੀ। ਕਿੰਨੇ ਲੋਕ ਸੀ ਸਰ ਹਜੇ ਤੱਕ ਪਤਾ ਲੱਗ ਸਕਿਆ ਵੀ ਕਿੰਨੇ ਕੁ ਲੋਕ ਸੀ ਜਿਹੜੇ ਭਿੜੇ ਨੇ ਆਪਸ ਦੇ ਵਿੱਚ? ਦੇਖੋ ਹੁਣ ਅਸੀਂ ਜਿਹੜੇ ਬੰਦੇ ਫੜੇ ਨੇ ਉਹ ਕਹਿੰਦੇ ਸਾਡੇ ਵੱਲੋਂ 3-4 ਬੰਦੇ ਆਏ ਸੀਗੇ, ਸਾਹਮਣੇ ਤੋਂ ਜ਼ਿਆਦਾ ਬੰਦੇ ਆਏ ਸੀਗੇ, ਲੇਕਿਨ ਉਹ ਹਾਲੇ ਤਸਦੀਕ ਕਰਨਾ ਬਾਕੀ ਹੈ। ਇਹ ਮਾਡਲ ਟਾਊਨ ਥਾਣੇ ਦਾ ਇੱਕ ਕੇਸ ਸੀਗਾ, ਉਹਦੇ ਵਿੱਚ ਜਿਹੜੀ ਮੁਦਈ ਪਾਰਟੀ ਸੀ ਉਹਨਾਂ ਦਾ ਅੱਜ ਐਵੀਡੈਂਸ ਸੀਗਾ ਇਹ ਸੀ। ਸਰ ਕਿਹੜੀ ਗਨ ਤੋਂ ਜਿਹੜਾ ਫਾਇਰ ਕੀਤਾ ਪਤਾ ਲੱਗਿਆ? ਇਹ ਦੇਖੋ ਹਾਲੇ ਬੇਸਿਕਲੀ ਜਿਹੜੀ ਐਗਜੈਕਟ ਗੱਲ ਤਾਂ ਸਾਹਮਣੇ ਨਹੀਂ ਆਈ ਹੈ, ਜਿਹੜੀ ਸਹੀ ਹੋ ਗਈ ਉਸ ਤੋਂ ਬਾਅਦ ਫਿਰ ਆਗਲ ਮਤਲਬ ਸਰ ਜਿਹੜਾ ਕੇਸ ਸੀ ਉਹਦਾ ਬਿਆਨ ਦੇਣ ਆਇਆ ਸੀ ਮੁਦਈ ਪਾਰਟੀ ਸਰ, ਕੋਲ ਕਿੰਨੇ ਬਰਾਮਦ ਹੋਏ? ਅਸੀਂ ਬਰਾਮਦ ਕਰ ਰਹੇ ਨੇ ਜੀ, ਅਸੀਂ ਬਰਾਮਦ ਕਰ ਰਹੇ ਨੇ। ਸਰ ਸਰ ਜਿਨ੍ਹਾਂ ਦੀ ਗੋਲੀ ਚੱਲੀ ਉਹਨਾਂ ਦੇ ਨਾਮ ਪਤਾ ਲੱਗੇ ਕਿ ਨਾਮ ਕੀ ਹੈ ਸਰ? ਨਾਮ ਮੈਂ ਫਿਲਹਾਲ ਅਸੀਂ ਪੁੱਛਗਿੱਛ ਕਰ ਰਹੇ ਨੇ, ਜੇ ਕੋਈ ਗੱਲ ਸਾਹਮਣੇ ਆਏਗੀ ਤੁਹਾਨੂੰ ਪਤਾ ਲੱਗ ਜਾਏਗਾ। ਸੀਰੀਅਸ ਇੰਜਰਡ ਹੈ ਜਾਂ ਜ਼ਖਮੀ ਹੋਏ ਨੇ ਸਰ? ਜ਼ਖਮੀ ਹੋਏ ਨੇ। ਸਰ ਕੋਈ ਗਵਾਹ ਵਗੈਰਾ ਹੈ ਕਿਸੇ ਨੇ ਦੇਖਿਆ ਹੋਵੇ ਜਿਹੜਾ? ਹਾਂ ਬੰਦੇ ਇੱਥੇ ਹੈਗੇ, ਅਸੀਂ ਤਸਦੀਕ ਕਰ ਰਹੇ ਨੇ। ਸਰ ਗੋਲੀ ਲੱਗੀ ਕਿੱਥੇ ਹੈ ਸਰ? ਕਿਹੜੀ ਜਗ੍ਹਾ ਤੇ ਗੋਲੀ ਲੱਗੀ? ਅਸੀਂ ਤਸਦੀਕ ਕਰ ਰਹੇ ਨੇ, ਤਸਦੀਕ। ਸਰ ਜਿਹੜੀ ਬੰਦੇ ਇੰਜਰਡ ਹੈ ਸੰਭਾਲ ਕੇ ਜਿਹੜੇ ਦੋ ਬੰਦੇ ਹਮਨੇ ਉਸ ਰਾਊਂਡ ਆਫ ਵੀ ਕੀਤੇ ਹੈ ਉਹ ਸਾਡੇ ਕੋਲ ਹੈਗੇ, ਅਭੀ ਪੁੱਛਗਿੱਛ ਚੱਲ ਰਹੀ ਹੈ। ਇਹ ਜਿਹੜਾ ਕੋਰਟ ਹੈ, ਕੋਰਟ ਦੇ ਪਿਛਲਾ ਗੇਟ ਹੈ, ਉਸ ਤੋਂ ਬਾਹਰ ਵਾਲੀ ਜਿਹੜੀ ਰੋਡ ਹੈ ਉੱਥੇ ਇਹ ਖਬਰ ਆਈ ਸੀ ਕਿ ਫਾਇਰਿੰਗ ਹੋਈ ਹੈ। ਹੁਣੇ ਪੁਲਿਸ ਇੱਥੇ ਮੌਜੂਦ ਹੈ, ਤੁਸੀਂ ਖੁਦ ਵੀ ਇੱਥੇ ਹੀ ਉਹ ਦੇਖ ਰਹੇ ਹੋ ਜੀ। ਤੇ ਮੈਮ ਜਿਨ੍ਹਾਂ ਵੱਲੋਂ ਫਾਇਰ ਕੀਤੇ ਗਏ ਉਹ ਕੌਣ ਲੋਕ ਸੀਗੇ, ਕਿਸੇ ਗੈਂਗ ਨਾਲ ਸੰਬੰਧਿਤ ਹੈ? ਜਿਹੜੀ ਪ੍ਰਾਈਮਰ ਪੁਲਿਸ ਤੁਹਾਨੂੰ ਪਤਾ ਚਲਾ ਹੈ ਉਹ ਇੱਥੇ ਗਵਾਹੀ ਦੇਣ ਵਾਸਤੇ ਆਏ ਸੀਗੇ, ਹੈ ਨਾ। ਮਾਡਲ ਟਾਊਨ ਥਾਣੇ ਮੇ 2020 ਦਾ ਇੱਕ ਪਰਚਾ ਸੀਗਾ, ਉਸੇ ਹੀ ਉਹ ਉੱਥੇ ਕੰਪਲੇਨੈਂਟ ਤੇ ਮੁੱਦਈ ਸੀਗੇ। ਹੁਣ ਤੱਕ ਇਹੀ ਸੂਚਨਾ ਸਾਹਮਣੇ ਆਈ ਹੈ, ਉਸਮੇ ਤੇ ਦੋ ਬੰਦੇ ਰਾਊਂਡ ਆਫ ਹੈ, ਜਿਹੜੇ ਬੰਦੇ ਇੰਜਰਡ ਹੋਏ ਉਹਨਾਂ ਨੂੰ ਵੀ ਹਸਪਤਾਲ ਪਹੁੰਚਾਇਆ ਗਿਆ ਹੈ ਜੀ। ਅਭੀ ਆਪਾਂ ਪਤਾ ਕਰ ਰਹੇ ਹੈ, ਤੁਸੀਂ ਦੇਖ ਲਓ ਸਾਡੀ ਟੀਮ ਵੀ ਇੱਥੇ ਆ ਚੁੱਕੀ, ਫੋਰੈਂਸਿਕ ਟੀਮ ਵੀ ਮੌਜੂਦ ਹੈ। ਅਭੀ ਜੋ ਸੁਣਨੇ ਮੇ ਆਏ 2-3 ਰਾਊਂਡ ਫਾਇਰ ਹੋਏ, ਵੀ ਆਰ ਚੈਕਿੰਗ ਆਲ ਦੀ ਅਦਰ ਨਹੀਂ ਜੀ, ਬਿਲਕੁਲ ਨਹੀਂ, ਅਭੀ ਤੱਕ ਕੋਈ ਵੀ ਬਾਤ ਸਾਹਮਣੇ ਨਹੀਂ ਆਈ। ਜੈਸਾ ਮੈਨੇ ਤੁਹਾਨੂੰ ਕਿਹਾ ਕਿ ਮਾਡਲ ਟਾਊਨ ਮੇ 2020 ਦਾ ਇੱਕ ਪਰਚਾ ਸੀਗਾ, ਹੈ ਨਾ, ਉਸਕੇ ਹੀ ਇਹ ਕੰਪਲੇਨੈਂਟ ਤੇ ਉਸਦੇ ਹੀ ਅਕਿਊਜ਼ ਸੀਗੇ, ਉਹਨਾਂ ਦੇ ਬੀਚ ਮੇ ਕੋਈ ਟਸਲ ਹੋਈ ਹੈ, ਉਸ ਤੋਂ ਬਾਅਦ ਕੋਰਟ ਦੇ ਬਾਹਰ ਵਾਲੀ ਰੋਡ ਤੇ ਫਾਇਰਿੰਗ ਹੋਈ ਹੈ। ਇਹ ਗੈਂਗ ਵਾਰ ਜਾਂ ਕੁਛ ਐਸੀ ਕੋਈ ਵੀ ਸੂਚਨਾ ਨਹੀਂ ਹੈ, ਤੇ ਕਾਈਂਡਲੀ, ਹੈ ਨਾ, ਜੋ ਜਿਹੜਾ ਕੇਸ ਹੈ ਉਹ ਤੁਹਾਨੂੰ ਦੱਸ ਰਹੀ ਹਾਂ। ਨਹੀਂ ਜੀ, 452 ਚ ਪਰਚਾ ਸੀਗਾ ਜੀ, 452 IPC ਮੇ ਪਰਚਾ ਸੀਗਾ, ਐਸਾ ਕੋਈ ਗੈਂਗ ਵਾਰ ਜਾਂ ਕੋਈ ਵੀ ਐਸੀ ਕੁਛ ਨਹੀਂ ਸੀ ਉੱਥੇ। ਦੇਖੇ ਜਹਾਂ ਪੇ ਜੋ ਪੁਲਿਸ ਆਈ ਹੈ ਤੇ ਸਾਨੂੰ ਇਹੀ ਪਤਾ ਚੱਲਿਆ ਹੈ ਕਿ ਉਹਨਾਂ ਨੂੰ ਉਹਨਾਂ ਦੇ ਹੀ ਜਿਹੜੇ ਬੰਦੇ ਸੀਗੇ ਉਹ ਹਸਪਤਾਲ ਲੈ ਕੇ ਗਏ ਹੈ, ਉੱਥੇ ਵੀ ਸਾਡੀ ਇਹ ਟੀਮ ਗਈ ਹੈ, ਸਾਡੀ ਟੀਮ ਬਾਕੀ ਵੀ ਵੈਰੀਫਿਕੇਸ਼ਨ ਕਰ ਰਹੀ ਹੈ, ਹੁਣੇ ਆਪਾਂ ਪੋਰਟ 'ਚ ਵੀ ਮੌਜੂਦ ਹੈ ਤੇ ਉਹ ਸਾਰੀ ਵੈਰੀਫਿਕੇਸ਼ਨ ਚੱਲ ਰਹੀ ਹੈ, ਉਸ ਤੋਂ ਬਾਅਦ ਹੀ ਤੁਹਾਨੂੰ ਦੱਸ ਪਾਏਗੇ। ਦੇਖੇ ਇਹ ਤੇ ਤੁਸੀਂ ਜਹਾਂ ਖੜੇ ਹੋ ਤੁਸੀਂ ਖੁਦ ਹੀ ਦੇਖ ਰਹੇ ਹੋ ਕਿ ਇਹ ਰੋਡ ਹੈ, ਹੈ ਨਾ, ਕੋਰਟ ਦੇ ਪਿੱਛੇ ਵਾਲੀ ਰੋਡ ਹੈ। ਕੋਰਟ ਦੇ ਅੰਦਰ ਸਾਰੀ ਹਮਾਰੀ ਜਿਹੜੀ ਵੀ ਸਿਕਿਉਰਿਟੀ ਸੀ ਉਹ ਪ੍ਰਬੰਧਾ ਉਹ ਇੰਤਜ਼ਾਮ ਵੀ ਸੀਗੇ, ਸਾਰਾ ਕੁਛ ਸੀਗਾ। ਇਹ ਤੇ ਕੋਰਟ ਦੇ ਬਾਹਰ ਚੱਲੀਏ ਤੇ ਬਾਹਰ ਵਾਲੀ ਰੋਡ 'ਤੇ ਚੱਲੀਏ, ਫਿਰ ਵੀ ਆਪਾਂ ਦੇਖ ਰਹੇ ਕਿਸ ਤਰ੍ਹਾਂ ਆਪਾਂ ਇਸ ਨੂੰ ਔਰ ਮਜ਼ਬੂਤ ਕਰ ਸਕਦੇ ਹਾਂ। ਸਰ ਜੀ ਉਹ ਕੋਰਟ ਦੇ ਅੰਦਰ ਬੰਬ ਬਲਾਸਟ ਹੋਇਆ ਸੀ, ਹੁਣ ਤਾਂ ਤੁਸੀਂ ਰੋਡ 'ਤੇ ਬਾਹਰ ਹੀ ਖੜੇ ਹੋ, ਆਪਾਂ ਕੋਰਟ ਦੇ ਪ੍ਰਮਾਈਸਿਸ ਦੇ ਬਾਹਰ ਖੜੇ ਹੈ, ਉਹੀ ਤੁਹਾਨੂੰ ਦੱਸ ਰਹੇ ਹੈ। ਨਹੀਂ ਸਰ ਜੀ ਦੇਖੋ, ਇਹ ਅਗਰ ਰਸਤਾ ਹੀ ਨਹੀਂ ਖੁੱਲ੍ਹਾ ਹੁੰਦਾ ਤਾਂ ਮੀਡੀਆ ਇੱਥੇ ਕਿੱਦਾਂ ਖੜੀ ਰਹਿੰਦੀ? ਇਹ ਤੇ ਆਨੇ ਜਾਣੇ ਦਾ ਰਸਤਾ ਹੈ, ਬੰਦੋ ਦੀ ਆਪਾਂ ਉਹ ਨਹੀਂ ਕਰਦੇ। ਇਹ ਰਸਤਾ ਖੁੱਲ੍ਹਾ ਹੋਇਆ ਸੀਗਾ, ਉਹ ਬੰਦੇ ਕੋਰਟ ਜਾ ਰਹੇ ਸੀਗੇ, ਕੋਰਟ ਤੋਂ ਬਾਹਰ ਸੀਗੇ। ਮੈਮ ਕਹਿੰਦੇ ਲੜਾਈ ਹੋਈ ਸੀਗੀ, ਉਸ ਤੋਂ ਬਾਅਦ ਗੋਲੀ